ਕੀ ਪਿਆਰ ਨੂੰ ਬਹੁਤ ਬਹੁਤ ਸਵਾਗਤ ਹੈ। ਸਵਾਜ਼ੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਪੰਜਾਬੀ ਯੂਨੀਵਰਸਿਟੀ ਦੇ ਇੱਕ ਲੇਟਸ ਅਪਡੇਟ ਜੋ ਕਿ ਕੁਐਸਚਨ ਪੇਪਰਜ਼ ਦੇ ਰਿਗਾਰਡਿੰਗ ਹੈ ਤੇ ਉਹਨਾਂ ਦੀ ਵੈਬਸਾਈਟ ਤੇ ਅਪਲੋਡ ਹੋਈ ਹੈ। ਕਾਫੀ ਜ਼ਿਆਦਾ ਸਟੂਡੈਂਟਸ ਨੂੰ ਡਾਊਟਸ ਸੀ ਕਿ ਪੇਪਰ ਨੂੰ ਸਬਮਿਟ ਕਰਨ ਤੋਂ ਬਾਅਦ ਉਹ ਕੁਐਸਚਨ ਪੇਪਰ ਨੂੰ ਮੇਲ ਕਰੂਗੇ ਜਾਂ ਕੀ ਕਰੋਗੇ। ਤੋਂ ਹੀ ਅਪਡੇਟ ਇਹਨਾਂ ਨੇ ਆਪਣੀ ਵੈਬਸਾਈਟ ਤੇ ਅਪਡੇਟ ਕੀਤੀ ਹੈ। ਸੋ ਅਪਡੇਟ ਨੂੰ ਜਾਣਨ ਲਈ ਤੁਸੀਂ ਕੀ ਕਰਨਾ ਹੈ? ਪੰਜਾਬੀ ਯੂਨੀਵਰਸਿਟੀ ਦੀ ਅਫੀਸ਼ੀਅਲ ਵੈਬਸਾਈਟ ਤੇ ਜਾਣਾ ਹੈ। ਉਸ ਤੋਂ ਬਾਅਦ ਇੱਥੇ ਡਿਫਰੈਂਟ ਲਿੰਕਸ ਬਣੇ ਹੋਏ ਨੇ। ਕਲਿਕ ਕਰਨ ਤੋਂ ਬਾਅਦ ਕੁਝ ਇਸ ਤਰ੍ਹਾਂ ਦਾ ਤੁਹਾਡੇ ਕੋਲ ਪੇਜ ਓਪਨ ਹੋ ਜਾਊਗਾ ਇੱਥੇ ਦੇਖੋ ਲਿਖਿਆ ਹੈ ਵੈਲਕਮ ਟੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਔਨਲਾਈਨ ਐਗਜ਼ਾਮੀਨੇਸ਼ਨ ਪੋਰਟਲ ਇਹਨਾਂ ਨੇ ਇੱਥੇ ਲਿੰਕ ਕ੍ਰੀਏਟ ਕੀਤਾ ਹੈ ਇੱਥੇ ਲਿੰਕ ਬਣਾਇਆ ਹੋਇਆ ਇਹਨਾਂ ਨੇ ਲਿੰਕਸ ਟੂ ਡਾਊਨਲੋਡ ਪੇਪਰਸ ਐਗਜ਼ਿਟ ਟਰਮੀਨਲ ਕਲਾਸ ਐਗਜ਼ਾਮੀਨੇਸ਼ਨ 2020 ਤਾਂ ਇੱਥੇ ਤੁਹਾਡੇ ਜਿਹੜੇ ਕੁਐਸਚਨ ਪੇਪਰਸ ਲਿੰਕ ਹੈ ਫੋਰ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਐਂਡ ਅਦਰ ਕਲਾਸਿਸ ਇੰਪੋਰਟੈਂਟ ਐਗਜ਼ਾਮੀਨੇਸ਼ਨ ਨੋਟਿਸ ਅਸਿਆ ਹੋਇਆ ਹੈ ਫੋਰ ਐਗਜ਼ਿਟ ਟਰਮੀਨਲ ਕਲਾਸਿਸ ਐ ਇੱਥੇ ਦੱਸਿਆ ਹੋਇਆ ਹੈ ਇਫ ਯੂ ਆਰ ਈਮੇਲਿੰਗ ਯੂਰ ਅਨਸਰ ਸ਼ੀਟ ਡੂ ਨੋਟ ਸੈਂਡ ਮਲਟੀਪਲ ਈਮੇਲਸ ਐਂਡ ਯੂ ਨੀਡ ਨੋਟ ਟੂ ਬੀ ਸਬਮਿਟ ਪੋਸਟ ਹਾਰਡ ਕਾਪੀ ਆਫ ਇਟ ਦੇ ਮੇ ਡਿਲੇ ਯੂਰ ਰਿਜ਼ਲਟ ਠੀਕ ਹੈ ਜੀ ਜਦੋਂ ਤੁਸੀਂ ਈਮੇਲ ਕੀ ਕਰਦੇ ਹੋ ਜਾਂ ਕੀਤੀ ਹੈ ਤੁਸੀਂ ਸਿਰਫ ਮੇਲ ਇੱਕ ਵਾਰ ਕਰਨੀ ਹੈ ਦੋ ਤਿੰਨ ਵਾਰ ਨਹੀਂ ਕਰਨੀ ਅਦਰਵਾਈਜ਼ ਤੁਹਾਡੇ ਪੇਪਰ ਦੇ ਵੀ ਡਿਲੇ ਹੋ ਸਕਦਾ ਸਪੈਸ਼ਲੀ ਉਹਨਾਂ ਨੇ ਆਹ ਦੇਖੋ ਇੱਥੇ ਕਿਹਾ ਹੋਇਆ ਥਿਸ ਮੇ ਡਿਲੇ ਯੂਰ ਰਿਜ਼ਲਟ ਨੈਕਸਟ all the applicant of exit terminal classes are informed to download their admit card from these links are do link bane hoye it steps dass hoye a ithe click karke tusi bhai your application number ate roll number through tusi nu download kar sakte ho hun apa is link te click karde ha click karan to baad ithe aa dekho different links bane hoye ne eh baneya hoya hai undergraduate dekho je link sirf private waste hai regular wale jeh college wale ane, groups vera ne groups dwara banaye hoye ne whatsapp group utte sari information bachche nu provide kiti jandi hai ਇਹ ਹੈ ਪੋਸਟ ਗ੍ਰੈਜੂਏਸ਼ਨ ਦਾ ਲਿੰਕ ਹੈ ਤੇ ਇਹ ਹੈ ਡਿਸਟੈਂਸ ਐਜੂਕੇਸ਼ਨ ਦਾ ਲਿੰਕ ਕਾਫੀ ਅੱਛਾ ਨਾ ਨਹੀਂ ਕੀਤਾ ਬੱਚਿਆਂ ਨੂੰ ਕਾਫੀ ਜ਼ਿਆਦਾ ਪ੍ਰੋਬਲਮ ਹੋ ਰਹੀ ਸੀ ਸੋ ਜਿਦਾਂ ਦੇਖੋ ਜੀ ਪਹਿਲਾ ਲਿੰਕ ਹੈ ਅੰਡਰ ਗ੍ਰੈਜੂਏਟ ਦਾ ਇੱਥੇ ਕਲਿੱਕ ਕਰਤਾ ਦੇਖੋ ਪਹਿਲੇ ਇੱਥੇ ਦਿਖਲਾ ਨਹੀਂ ਦਿੱਤਾ ਕੀ ਹੋਇਆ ਹੈ ਪ੍ਰਾਈਵੇਟ ਸਟੂਡੈਂਟਸ ਪਲੀਜ਼ ਡੋ ਨੋਟ ਸੈਂਡ ਦਾ ਆਂਸਰ ਪੇजेस ਟੂ ਈਮੇਲ ਐਡਰੈਸ ਇੰਡੀਕੇਟਿਡ ਔਨ ਯਰ ਐਡਮਿਟ ਕਾਰਡ ਠੀਕ ਹੈ ਜੀ ਤੁਸੀਂ ਨਹੀਂ ਸੈਂਡ ਕਰਨਾ ਹੁਣ ਕਰਨਾ ਕੀ ਹੈ ਤੁਸੀਂ ਉਹ ਸੈਂਡ ਨਹੀਂ ਕਰਨਾ ਪਹਿਲੇ ਤਾਂ ਜਿਹੜੇ ਪ੍ਰਾਈਵੇਟ ਸਟੂਡੈਂਟਸ ਹੈਗੇ ਉਹਨਾਂ ਨੇ ਸਬਮਿਟ ਕਰਨੀ ਹੈ ਆਂਸ ਐਟ ਐਗਜ਼ਾਮੀਨੇਸ਼ਨ ਬ੍ਰਾਂਚ ਆਫ ਐਨੀ ਪੰਜਾਬੀ ਯੂਨੀਵਰਸਿਟੀ ਨੇਬਰਹੂਡ ਕੈਂਪਸ ਲਾ ਲਓ ਜੀ ਮੈਂ ਹੀ ਪੰਜਾਬੀ ਯੂਨੀਵਰਸਿਟੀ ਦਾ ਪ੍ਰਾਈਵੇਟ ਸਟੂਡੈਂਟ ਆ ਤੇ ਮੈਂ ਐਗਜ਼ਾਮ ਦਿੱਤਾ ਤਾਂ ਜਿਹੜੀ ਹਾਰਡ ਕਾਪੀ ਆਨਸਰ ਸ਼ੀਟ ਸੀ ਉਹ ਮੈਨੂੰ ਮੈਨੂਅਲੀ ਕਾਲਜ ਜਾ ਕੇ ਦੇਣੀ ਪੈਣੀ ਹੈ ਜਿਹੜਾ ਵੀ ਮੈਨੂੰ ਲਾਗੇ ਸ਼ਾਗੇ ਕਾਲਜ ਪੈਂਦਾ ਹੈ ਤੁਸੀਂ ਉੱਥੇ ਜਾ ਕੇ ਦੇਣੀ ਹੈ ਅਗਰ ਨੇਬਰਹੂਡ ਕਾਲਜ ਨਹੀਂ ਹੈ ਰੀਜਨਲ ਸੈਂਟਰ ਜਾ ਕੇ ਦੇਣੀ ਹੈ ਅਗਰ ਉਹ ਵੀ ਨਹੀਂ ਹੈ ਤਾਂ ਕਨਸਟੀਟਿਊਸ਼ਨ ਕਾਲਜ ਜਾ ਕੇ ਦੇਣਾ ਅਗਰ ਉਹ ਵੀ ਨਹੀਂ ਹੈ ਤਾਂ ਤੁਸੀਂ ਪੰਜਾਬੀ ਯੂਨੀਵਰਸਿਟੀ ਸਪੈਸ਼ਲ ਜਾਣਾ ਉੱਥੇ ਜਾ ਕੇ ਦੇ ਕੇ ਆਣੀ ਹੈ ਐਟ ਦਾ ਸਪੈਸੀਫਾਈਡ ਟਾਈਮ ਔਨ ਦਾ ਡੇ ਆਫ ਐਗਜ਼ਾਮੀਨੇਸ਼ਨ ਉਸੇ ਦਿਨ ਜਿਸ ਦਿਨ ਤੁਹਾਡਾ ਐਗਜ਼ਾਮ ਹੈਗਾ ਹੈ ਠੀਕ ਹੈ ਜੀ ਯਾਦ ਰੱਖੋ ਇਹਨਾਂ ਨੇ ਸਪੈਸ਼ਲੀ ਕਿਹਾ ਇਹਦੇ ਵਿੱਚ ਡਿਲੇ ਨਾ ਕਰਿਓ ਠੀਕ ਹੈ ਜੀ ਹੁਣ ਤੁਸੀਂ ਗ੍ਰੈਜੂਏਸ਼ਨ ਪਲੱਸ ਪੋਸਟ ਗ੍ਰੈਜੂਏਸ਼ਨ ਕਰਦੇ ਪਏ ਹੋ ਅਦਰਵਾਈਜ਼ ਤੁਹਾਨੂੰ ਪਤਾ ਹੈ ਪ੍ਰੋਬਲਮ ਹੋ ਸਕਦੀ ਹੈ ਚਲੋ ਜੀ ਅਗਰ ਇਹ ਤੁਹਾਡੇ ਕੋਲ ਨਹੀਂ ਹੁੰਦਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਿਹੜੇ ਪ੍ਰਾਈਵੇਟ ਸਟੂਡੈਂਟ ਹੈ ਉਹਨਾਂ ਨੇ ਆਪਣੀ ਜਿਹੜੀ ਆਨਸਰ ਸ਼ੀਟਸ ਹੈ ਉਹ ਕਰਨੀ ਹੈ ਸੈਂਡ ਸੈਂਡ ਮੀਨ ਟੂ ਸੇ ਪੋਸਟ ਕਰਨੀ ਹੈ ਕਿਤੇ ਕਰਨੀ ਹੈ ਆਹ ਹੈ ਜੀ ਐਡਰੈਸ ਅਸਿਸਟੈਂਟ ਰਜਿਸਟਰ ਸੈਕਰੇਸੀ ਪੰਜਾਬ ਯੂਨੀਵਰਸਿਟੀ ਪਟਿਆਲਾ ਅਤੇ ਉਹਨਾਂ ਦੇ ਇੱਥੇ ਕੋਡ ਦਿੱਤਾ ਹੋਇਆ ਹੈ ਇਹਨੂੰ ਤੁਸੀਂ ਸਪੀਡ ਪੋਸਟ ਕਰਨਾ ਹੈ ਜਾਂ ਰਜਿਸਟਰਡ ਪੋਸਟ ਕਰਨਾ ਹੈ ਇਹ ਕਿਸ ਦਿਨ ਕਰਨਾ ਹੈ ਜਿਸ ਦਿਨ ਤੁਹਾਡਾ ਐਗਜ਼ਾਮ ਹੋਣਾ ਹੈ ਯਾਦ ਰੱਖੋ ਸਪੈਸ਼ਲੀ ਇਹਨਾਂ ਨੇ ਦੋ ਚੀਜ਼ਾਂ ਦੇਖੋ ਇੱਥੇ ਇੱਥੇ ਵੀ ਡਿਕਲੇਅਰ ਕੀਤੀ ਇੱਥੇ ਵੀ ਡਿਕਲੇਅਰ ਕੀਤੀ ਸਪੈਸੀਫਾਈਜ਼ ਟਾਈਮ ਔਨ ਦਾ ਡੇ ਆਫ ਐਗਜ਼ਾਮੀਨੇਸ਼ਨ ਹੋਰ ਦੱਸਿਆ ਹੋਇਆ ਪ੍ਰਾਈਵੇਟ ਸਟੂਡੈਂਟ ਸ਼ੁੱਡ ਮੇਕ ਸ਼ੋਰ ਟੂ ਹੈਵ ਅ ਹਾਰਡ ਕਾਪੀ ਆਫ ਆਨਸਰ ਸ਼ੀਟ ਆਫ देयर ਰਿਕਾਰਡਸ ਉਹਨਾਂ ਨੇ ਆਨਸਰ ਸ਼ੀਟ ਦੀ ਕਾਪੀ ਵੀ ਰੱਖਣੀ ਹੈ ਆਪਣੇ ਰਿਕਾਰਡ ਵਾਸਤੇ ਸੋ ਇਨਸਟਰਕਸ਼ਨਸ ਇਹਨਾਂ ਨੇ ਸਪੈਸ਼ਲੀ ਦਿੱਤੀਆਂ ਹੋਈਆਂ ਹੈ ਪ੍ਰਾਈਵੇਟ ਸਟੂਡੈਂਟ ਵਾਸਤੇ ਫॉर ਗ੍ਰੈਜੂਏਟ ਐਂਡ ਅੰਡਰ ਗ੍ਰੈਜੂਏਟ ਸਟੂਡੈਂਟਸ ਆ ਦੇਖੋ ਸਾਰੇ ਇੱਥੇ ਦਿੱਤੀਆਂ ਹੋਈਆਂ ਇਹਨਾਂ ਨੂੰ ਮੈਂ ক্লোਜ਼ ਕਰ ਦਿੰਦਾ ਹਾਂ ਆ ਦੇਖੋ ਇਹ ਦੱਸਿਆ ਹੋਇਆ ਹੈ ਸੈਸ਼ਨ ਦੱਸਿਆ ਹੋਇਆ 10 ਤੋਂ 2 ਦੇ ਵਿੱਚ ਇਨਕਲੂਡਿੰਗ ਜਿਹੜੇ ਤੁਹਾਡੇ ਕੁਐਸਚਨ ਪੇਪਰ ਸੋਲਵਿੰਗ ਪੇਪਰ ਸਤੇ ਅਪਲੋਡ ਆਨਸਰ ਸ਼ੀਟ ਦੱਸਿਆ ਹੋਇਆ ਨੇ ਵਜੇ ਹੋਣਗੀ ਆ ਇੱਥੇ ਲਿੰਕ ਦੱਸਿਆ ਹੋਇਆ ਹੈ ਇਟ ਇਜ਼ ਮੈਂਸ਼ਨ ਇਨ ਦਾ ਗਰੁੱਪ ਇਨਫੋਰਮੇਸ਼ਨ that due to administrative reason the date sheet may be changes at times the date sheet change ho sakdi well, hai isliye tusi date sheet nu time to time dekh lena the date sheet should be checked from time to time till the date of the examination from the website of the university so website de vich uh, jede vi links hai ge utthe ussi ja ke date sheet nu dikhte rehna hai date sheet kabhi bhi update ho sakdi hai written examination are being conducted online offline in blended mode so yaad rakhiyo no, tohanu pata hai ga the necessary instructions for the examination are available on the examination branch ਤੁਹਾਨੂੰ ਪਤਾ ਹੈ ਕਿਥੋਂ ਲਿੰਕ ਬਣਿਆ ਹੋਇਆ ਇੱਥੇ ਜਾ ਕੇ ਸੌਰੀ ਦਿੱਸ ਤੇ ਜਾ ਕੇ ਆ ਦੇਖੋ ਇੱਥੇ ਡੇਟ ਸ਼ੀਡ ਲਿੰਕ ਬਣਿਆ ਤੁਸੀਂ ਇੱਥੋਂ ਦੇਖ ਲੈਣਾ ਹੋਰ ਤੋਂ ਉਸੇ ਕਰ ਸਕਦੇ ਹੋ ਇਨ ਕੇਸ ਕੋਈ ਵੀ ਤੁਹਾਨੂੰ ਪ੍ਰੋਬਲਮ ਹੈ ਤਾਂ ਤੁਸੀਂ ਆਈਮੇਲ ਆਈਡੀ ਹੈ ਇੱਥੇ ਤੁਸੀਂ ਮੇਲ ਕਰਕੇ ਕੁਐਸਚਨ ਪੇਪਰਸ ਵੈਰਾ ਲੈ ਸਕਦੇ ਆ ਪੇਪਰ ਰਿਗਾਰਡਿੰਗ ਤੁਸੀਂ ਰਿਪੋਰਟ ਕਰ ਸਕਦੇ ਹੋ ਜੇ ਤੁਹਾਨੂੰ ਕੀ ਪ੍ਰੋਬਲਮ ਹੈ ਤਾਂ ਬਾਗੀ ਹੈਲਪਲਾਈਨ ਨੰਬਰ ਦਿੱਤੇ ਹੋਏ ਆ ਸਾਰੇ ਐਕਟਿਵ ਹੈਲਪਲਾਈਨ ਨੰਬਰਸ ਆ ਫਿਲਹਾਲ ਮੈਂ ਟ੍ਰਾਈ ਨਹੀਂ ਕੀਤੇ ਬਟ ਮੇਰੇ ਅਕੋਰਡਿੰਗ ਇਹ ਹੈਲਪਲਾਈਨਸ ਐਕਟਿਵ ਹੈ ਤੁਸੀਂ ਇਹਨਾਂ ਨੂੰ ਕਾਲ ਕਰੋਗੇ ਕਾਲ ਇਹਨਾਂ ਨੂੰ ਸਪੈਸ਼ਲ ਵਰਕਿੰਗ ਆਰਸ ਵਿੱਚ ਹੀ ਕਰਿਓ ਨਹੀਂ ਕਿ ਤੁਸੀਂ ਸ਼ਾਮ ਨੂੰ 5 ਵਜੇ ਕਾਲ ਕਰੋ 6 ਵਜੇ ਕਰੋ ਕਾਲਵੇਰਾ ਨਹੀਂ ਪਿਕ ਕਰਦੇ ਸਪੈਸ਼ਲੀ ਟਾਈਮਿੰਗ ਜੋ ਦਿੱਤੀ ਹੋਈ ਆ ਦੇ ਵਿੱਚ ਹੀ ਇਹਨਾਂ ਨੂੰ ਕਾਲ ਪਿਕ ਕਰਦੇ ਆ ਪਲੱਸ ਤੁਹਾਨੂੰ ਸੋਲੂਸ਼ਨ 101% ਪ੍ਰੋਵਾਈਡ ਕਰੋਗੇ ਇਸ ਲਈ ਇਹਨਾਂ ਨੇ ਸਪੈਸ਼ਲ ਹੈਲਪਲਾਈਨ ਨੰਬਰਸ ਦਿੱਤੇ ਆ ਜਿਹੜੇ ਇੱਥੇ ਹੈਗੇ ਜੀ ਇਹ ਪ੍ਰੋਫੈਸਰ ਸਵੇਰਾ ਜਾਂ ਜੋ ਵੀ ਇਹ ਬੈਕਐਂਡ ਡਿਪਾਰਟਮੈਂਟ ਹੈ ਇਹ ਹੈਗਾ ਜੀ ਤੁਹਾਡਾ ਅੰਡਰਗ੍ਰੈਜੂਏਟ ਦਾ ਇੱਦੇ ਹੀ ਇਹ ਤੁਹਾਡਾ ਪੋਸਟ ਗ੍ਰੈਜੂਏਟ ਦਾ ਲਿੰਕ ਹੈ ਸੇਮ ਇਨਸਟਰਕਸ਼ਨਸ ਵੈਰਾ ਦੋਨਾਂ ਲਈ ਸੇਮ ਹੈ ਕੰਟੈਕਟ ਵੈਰਾ ਸਭ ਕੁਝ ਸੇਮ ਹੈ ਤਾਂ ਬਾਕੀ ਆ ਦੇਖੋ ਇਹ ਦੱਸਿਆ ਹੋਇਆ ਜਿਹੜਾ ਯੂਜੀ ਦਾ ਹੈ ਬੀਏ ਪਾਰਟ 3 ਸੈਮੈਸਟਰ 4th ਰਿਟਰਨ ਇਗਜ਼ਾਮ ਦੱਸਿਆ ਹੋਇਆ ਇੱਥੇ ਦੱਸਿਆ ਹੋਇਆ ਇਹਨਾਂ ਨੇ ਐਮਏ ਪਾਰਟ 2 ਸੈਮੈਸਟਰ 4th ਰਿਟਰਨ ਇਗਜ਼ਾਮ ਦੈਨਸ ਆਨ ਲਿੰਕਸ ਵੈਰਾ ਸਾਰੇ ਦੱਸੇ ਹੋਏ ਹੈ ਅਤੇ ਬਾਅਦ ਵਿੱਚ ਲਾਸਟ ਵਿੱਚ ਇੱਕ ਲਿੰਕ ਬਣਿਆ ਹੋਇਆ ਹੈ ਐਮਕੋਮ ਸੈਮੈਸਟਰ 4 ਦਾ ਜਿਹੜਾ ਸੀ ਪ੍ਰਾਈਵੇਟ ਸਟੂਡੈਂਟ ਡਿਸਟੈਂਸ ਐਜੂ ਇਨਾਂ ਦਾ ਜਿਹੜਾ ਲਿੰਕ ਐਨੇਬਲ ਹੋ ਜਾਊਗਾ ਰਿਸੋਰਸ ਮੈਨੇਜਮੈਂਟ ਦਾ ਇਨਾਂ ਦਾ ਜੋ ਵੀ ਐਗਜ਼ਾਮ ਵਗੈਰਾ ਹੈਗਾ 3:00 ਤੋਂ 7:00 ਪੀਐਮ ਦੇ ਵਿੱਚ ਕਰ ਹੋਊਗਾ ਠੀਕ ਹੈ ਜੀ ਦੱਸਿਆ ਹੋਇਆ ਇਨਸਟੈਡ ਆਫ ਮਾਰਨਿੰਗ ਸੈਸ਼ਨ ਦੁਪਹਿਰ ਨੂੰ ਹੋਊਗਾ ਕੁਐਸਚਨ ਪੇਪਰ ਵਿਲ ਬੀ ਅਪਲੋਡਡ ਹੇਅਰ ਇੱਥੇ ਕੁਐਸਚਨ ਪੇਪਰ ਅਪਲੋਡ ਹੋਊਗੇ ਹਲੇ ਕੀਤੇ ਨਹੀਂ ਹੈ ਇੱਥੇ ਦੇਖੋ 에ਰਰ ਆ ਰਿਹਾ ਪੇਜ ਵਰਕਿੰਗ ਔਨ ਦਾ ਚੱਲਿਆ ਹੋਇਆ ਹੈ ਬਾਕੀ ਇੱਥੇ ਦਿੱਤਾ ਹੋਇਆ ਕਲਿਕ ਹੇਅਰ ਸੈਸ਼ਨ ਫਾਈਨਲ ਸੈਮੈਸਟਰ ਐਗਜ਼ਾਮੀਨੇਸ਼ਨ ਇਨਸਟਰਕਸ਼ਨਸ ਵਗੈਰਾ ਹੈ ਅਤੇ ਇੱਥੇ ਉਹਨਾਂ ਨੇ ਐਡਮਿਸ਼ਨ ਰਿ ਇੱਕ ਵੀਡੀਓ ਬਣਾਈ ਸੀ ਇੱਥੇ ਮੈਂ ਸਾਰੀਆਂ ਇਨਸਟਰਕਸ਼ਨਸ ਵਗੈਰਾ ਤੁਹਾਨੂੰ ਦੱਸਿਆ ਸੀ ਇੱਕ ਵਾਰ ਦੇਖ ਲੈਣੀ ਇਹਨਾਂ ਇਨਸਟਰਕਸ਼ਨਸ ਵਿੱਚ ਕੀ ਹੈ ਸੋ ਜਿਹੜੀਆਂ ਵੀ ਇਨਸਟਰਕਸ਼ਨਸ ਵਗੈਰਾ ਤੁਹਾਨੂੰ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਤੁਸੀਂ ਪ੍ਰੋਪਰਲੀ ਰੀਡ ਕਰੋ ਤਾਂ ਬਾਕੀ ਉਹੀ A4 ਸ਼ੀਟ ਵਗੈਰਾ ਇੱਥੇ ਤੁਸੀਂ ਇਹ ਲਾਣੀ ਹੈ ਜਿਹੜੀ ਫਰੰਟ ਪੇਜ ਦੇ ਉੱਪਰ ਡਿਟੇਲਸ ਵਗੈਰਾ ਨਾਰਮਲ ਉਹੀ ਗਾਈਡਲਾਈਨਸ ਆ ਜੋ ਪਹਿਲਾਂ ਆਪਾਂ ਰੀਡ ਕੀਤੀਆਂ ਹਨ ਆ ਤੁਸੀਂ ਦੇਖ ਵੀ ਸਕਦੇ ਹੋ ਆ ਦੇਖੋ A4 ਸ਼ੀਟ ਹੈ 50% ਕੁਸ਼ਨ ਆਨਸਰਸ ਕਰਨੇ ਤੁਸੀਂ ਬਾਕੀ 올ਓਵਰ ਸੇਮ ਹੀ ਡਿਟੇਲਸ ਆ ਕੋਈ ਨਹੀਂ ਡਿਫਰੈਂਟ ਨਹੀਂ ਹੈ ਬਾਕੀ ਦੇਖ ਲੈਣੇ ਕੋਈ ਐਡਮਿਟ ਕਾਰਡ ਤੁਸੀਂ ਡਾਊਨਲੋਡ ਕਰਨਾ ਹੈ ਸੇਮ ਐਸਟੇਟ ਡਿਟੇਲ ਹੈ ਪਹਿਲੇ ਆਪਾਂ ਡਿਸਕਸ ਕੀਤੀਆਂ ਹੋਈਆਂ ਕੋਈ ਨਿਊ ਅਪਡੇਟ ਨਹੀਂ ਹੈ ਬਾਕੀ ਡੇਟਸ਼ੀਟ ਥਰੋਲੀ ਚੈੱਕ ਕਰਦੇ ਰਹੋ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਪੈਸ਼ਲੀ ਤੁਹਾਨੂੰ ਆਨਲਾਈਨ ਪ੍ਰੋਬਲਮ ਆਂਦੀ ਹੈ ਅਪਲੋਡ ਕਰਨ ਵਿੱਚ ਪ੍ਰੋਬਲਮ ਆਂਦੀ ਹੈ ਜਾਂ ਕੋਈ ਚੀਜ਼ ਸਮਾਂ ਨਹੀਂ ਲੱਗਦੀ ਡੇਟਸ਼ੀਟ ਨਹੀਂ ਮਿਲਦੀ ਐਡਮਿਟ ਕਾਰਡ ਨਹੀਂ ਡਾਊਨਲੋਡ ਹੋ ਰਿਹਾ ਰਿਕਵਰੀ ਨਹੀਂ ਹੋ ਰਹੀ ਉਹਦੇ ਵਾਸਤੇ ਸਪੈਸ਼ਲੀ ਤੁਸੀਂ ਨਾ ਨੰਬਰਸ ਤੇ ਕੰਟੈਕਟ ਕਰ ਸਕਦੇ ਹੋ ਫਿਰ ਵੀ ਸੋਲੂਸ਼ਨ ਨਹੀਂ ਹੁੰਦਾ ਯੂ ਕੈਨ ਕਮੈਂਟ ਇਨ ਦਾ ਕਮੈਂਟ ਸੈਕਸ਼ਨ ਫੋਰ ਮੋਰ ਅਪਡੇਟਸ ਅਤੇ ਨਾਲ ਦੇ ਨਾਲ ਵੀਡੀਓ ਨੂੰ ਜ਼ਰੂਰ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਸੋ ਦੈਟ ਇਨ ਫਿਊਚਰ ਜੋ ਵੀ ਇਦਾਂ ਦੀਆਂ ਲੇਟੈਸਟ ਅਪਡੇਟਸ ਆਣਗੀਆਂ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮਲੀ ਮਿਲਦਾ ਰਹੇ ਸੋ ਥੈਂਕ ਯੂ ਫਰੈਂਡਸ ਫੋਰ ਵਾਚਿੰਗ ਦਿਸ ਵੀਡੀਓ ਐਂਡ ਫੋਰ ਯੂਰ ਅਵੇਲੇਬਲ ਟਾਈਮ